ਪਹੁੰਚ ਗਏ ਜੀ ਰਵਾੜੀ। ਰਵਾੜੀ ਤੋਂ ਹੁਣ ਦੇਖਦੇ ਹਾਂ ਕਿਹੜੀ ਟ੍ਰੇਨ ਮਿਲਦੀ ਹੈ ਅਤੇ ਦੇਖੋ ਕਿੱਦਾਂ ਦਾ ਮਾਹੌਲ ਹੈ। ਪੈਂਦਾ ਗਾ ਅਤੇ ਹੁਣ ਆਪਾਂ ਇੱਥੋਂ ਲੈਂਦੇ ਹਾਂ ਟ੍ਰੇਨ ਵੀ ਕਿੱਧਰ ਦੀ ਮਿਲਦੀ ਹੈ, ਦੇਖਦੇ ਹਾਂ ਫਿਰ ਕੀ ਬਣਦਾ ਅੱਗੇ। ਭਾਈ ਜੱਗਣ ਚੱਲਿਆ ਹੁਣ ਮੈਨੂੰ ਆਟੋ ਅਤੇ ਬੱਸ ਸਟੈਂਡ, ਅਤੇ ਮੈਨੂੰ ਕਹਿੰਦਾ ਵੀ ਕਿੱਧਰ ਫਿਰਦਾ ਮੈਂ, ਕਿੱਧਰ ਘੁੰਮਣ ਆਇਆ। ਕਹਿੰਦੇ ਫਿਰ ਨੰਬਰ ਦੇ ਕੇ ਜਾ, ਫਿਰ ਉਹਨਾਂ ਨੇ ਸੱਟਾ ਲਾਉਂਦੇ ਹੋਣੇ ਇੱਥੇ, ਫਿਰ ਮੈਂ ਨੰਬਰ ਦੇ ਦਿੱਤਾ ਇਹਨਾਂ ਨੂੰ। ਬਾਬਾ ਕਿਰਪਾ ਕਰੂ ਇਹਨਾਂ ਦਾ ਨੰਬਰ ਆ ਜਾਵੇ, ਵਿਚਾਰਿਆਂ ਦੇ ਪੈਸੇ ਨਾ ਵੇਸਟ ਹੋ ਜਾਣ। ਹੁਣ ਆਪਾਂ ਜਾ ਰਹੇ ਹਾਂ ਬੱਸ ਸਟੈਂਡ, ਬੱਸ ਸਟੈਂਡ ਤੋਂ ਰੋਹਤਕ ਕੇ ਲਈ ਬੱਸ ਪਕੜੂੰਗੇ, ਰੋਹਤਕ ਕੇ ਲਈ ਬੱਸ ਪਕੜ ਕੇ ਫਿਰ ਸੋਨੀਪਤ, ਸੋਨੀਪਤ ਜਾਂ ਤਾਂ ਰੋਹਤਕ ਸੇ ਵੀ ਹੋ ਸਕਦਾ, ਪੇ ਟੀ ਐੱਮ ਪੇ ਵੀ ਰੁਕਣਾ ਹੈ ਮੇਰੇ ਕੋਲ, ਰੋਕ ਦੇਂਗੇ ਕੋਈ ਬਾਤ ਨਹੀਂ। ਬੱਚੇ ਇੰਤਜ਼ਾਮ ਮਿਲਤੇ ਹੈ ਯਹਾਂ ਦੁਨੀਆ ਮੇਂ ਘੁੰਮਤੇ ਹੈਂ। ਰਵਾੜੀ ਤੋਂ ਹੁਣ ਰੋਹਤਕ ਵਾਲੀ ਬੱਸ ਫੜ ਲਈ ਹੈ, ਅਤੇ ਉਸ ਤੋਂ ਬਾਅਦ ਅੱਗੇ ਸੋਨੀਪਤ, ਸੋਨੀਪਤ ਤੋਂ ਫਿਰ ਅੱਗੇ ਪੰਜਾਬ ਵੱਲ ਹੋਵਾਂਗੇ ਸਿੱਧੇ। ਸੋ ਇਸ ਤਰ੍ਹਾਂ ਦਾ ਬੱਸ ਦਾ ਮਾਹੌਲ ਆ। ਅਤੇ ਬੱਸ ਸਟੈਂਡ ਮਿਲ ਆਉਂਦੀ ਸਾਰੇ ਮਿਲ ਗਈ ਹੈ ਬੱਸ, ਅਤੇ ਹੁਣ ਆਪਾਂ ਰੋਹਤਕ ਜਾ ਕੇ ਦੇਖਦੇ ਹਾਂ ਕਿਹੜੀ ਮਿਲਦੀ ਹੈ। ਅਤੇ ਆਹ ਬਾਬਾ ਜੀ ਨੇ ਦਿੱਤਾ ਤਾਂ ਪ੍ਰਸ਼ਾਦ ਖਾਣ ਵਾਸਤੇ, ਅਤੇ ਮੂੰਗਫਲੀਆਂ ਦੇੜ ਦੀਆਂ। ਇਸੇ ਤਰ੍ਹਾਂ ਹੁਣ ਆਪਣਾ ਸਫ਼ਰ ਜਾਰੀ ਹੈ, ਅਤੇ ਜਿਹੜੀ ਰੋਹਤਕ ਜਾ ਕੇ ਉੱਥੋਂ ਬੱਸ ਸਟੈਂਡ ਤੋਂ ਮਿਲੂਗੀ ਬੱਸ ਪਟਿਆਲੇ ਦੀ, ਜੇ ਨਾ ਮਿਲੀ ਤਾਂ ਜੀਂਦ ਦੀ ਮਿਲੂਗੀ। ਫਿਰ ਆਪਾਂ ਜੀਂਦ ਵਾਲੀ ਬੱਸ ਫੜ ਕੇ ਪਹੁੰਚਦੇ ਹਾਂ ਪਟਿਆਲੇ, ਫਿਰ ਅਗਲੀ ਕਾਰਵਾਈ ਤੋਂ ਅੱਗੇ ਦਾ ਅਗਲਾ ਦੱਸਦੇ ਹਾਂ। ਭਜਾਉਂਦੇ ਨੇ ਡੋਆ ਡੋਆ ਵੀ ਨਹੀਂ ਦੇਖਦੇ ਤਾਂ ਧੜਕੜੇ ਡਰਾਈਵਰ ਆ ਹਰਿਆਣੇ ਵਾਲੇ। ਪਹੁੰਚ ਗਏ ਜੀ ਰੋਹਤਕ ਬੱਸ ਅੱਡੇ ਮੈਂ, ਤੋਂ ਇੱਦਾਂ ਦਾ ਸੀਗਾ ਰੋਹਤਕ ਦਾ ਬੱਸ ਅੱਡਾ, ਅਤੇ ਹੁਣ ਆਪਾਂ ਇੱਥੋਂ ਲਵਾਂਗੇ ਜੀਂਦ ਜਾਂ ਪਟਿਆਲੇ ਦੀ ਬੱਸ ਜਿਹੜੀ। ਅਤੇ ਆਹ ਹੈਗਾ ਪਟਿਆਲੇ ਵਾਲਾ ਕਾਊਂਟਰ, ਸਭ ਤੋਂ ਪਹਿਲਾਂ ਸਭ ਤੋਂ ਲਾਸਟ ਦੇ ਵਿੱਚ ਆ ਗਿਆ ਪਟਿਆਲਾ ਵਾਲਾ ਕਾਊਂਟਰ। ਜੀਂਦ ਵੀ ਇੱਥੋਂ ਹੀ ਮਿਲੂ, ਪਟਿਆਲੇ ਦੀ ਵੀ ਇੱਥੋਂ ਹੀ ਮਿਲੂ, 15 ਨੰਬਰ ਕਾਊਂਟਰ ਇੱਥੋਂ। ਅਤੇ ਬੱਸ ਹਲੇ ਕੋਈ ਦਿਖਦੀ ਨਹੀਂ ਲੱਗੀ ਹੋਈ ਕਾਊਂਟਰ 'ਤੇ। ਇੱਥੇ ਏ ਟੀ ਐੱਮ ਦੀ ਸੁਵਿਧਾ ਹੈਗੀ ਆ, ਵਧੀਆ ਗੱਲ ਹੈ, ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਇੱਦਾਂ ਹੋ ਜਾਂਦਾ, ਸੌਖਾ ਹੋ ਜਾਂਦਾ ਕੈਸ਼ ਕਢਾਉਣਾ। ਸੋ ਮੈਂ ਬੈਗਾਂ ਨਾਲ ਲੱਦਿਆ ਹੋਇਆ, ਅਤੇ ਸੋ ਦੇਖਦੇ ਹਾਂ ਕਦ ਪਹੁੰਚਦੇ ਆਪਾਂ ਪਟਿਆਲੇ, ਮੈਨੂੰ ਲੱਗਦਾ ਰਾਤ ਹੋ ਜਾਣੀ ਹੈ, ਫਿਰ ਪਹੁੰਚ ਕੇ ਕਰਦੇ ਹਾਂ ਗੱਲਬਾਤ। ਸੋ ਇੱਥੋਂ ਜੀ ਰੋਹਤਕ ਤੋਂ ਬੱਸ ਮਿਲ ਗਈ ਆਪਾਂ ਨੂੰ ਜੀਂਦ ਵਾਲੀ ਕਰਕੇ ਕੈਂਸਲ, ਹੁਣ ਆਪਾਂ ਅੰਬਾਲੇ ਵਾਲੀ ਬੱਸ ਲਈ ਹੈ, ਕਿਉਂਕਿ ਜੀਂਦ ਤੋਂ ਗਾਹਾਂ ਪਟਿਆਲੇ ਵਾਲੀ ਬੱਸ ਕੋਈ ਹੈ ਨਹੀਂ ਸੀ, ਫਿਰ ਹੁਣ ਇੱਥੋਂ ਲੈਣੀ ਪਈ ਆ। 180 ਰੁਪਏ ਦੀ ਟਿਕਟ ਲੱਗ ਗਈ ਆ, ਅਤੇ ਹੁਣ ਬੱਸ 'ਚ ਬੈਠਾਂਗੇ ਆਰਾਮ ਨਾਲ, 9-10 ਵਜੇ ਤੱਕ ਪਹੁੰਚਾ ਦੂਗੀ, ਉਹ ਤੋਂ ਬਾਅਦ ਅੱਗੇ ਪਟਿਆਲੇ ਦਾ ਦੇਖਾਂ ਕੀ ਬਣਦਾ ਫਿਰ। ਚੱਲਿਆ ਹੁਣ ਮੈਨੂੰ ਲੈ ਕੇ, ਫਾਈਨਲੀ ਆਪਾਂ ਪਹੁੰਚ ਗਏ ਹਾਂ ਜੀ ਪਟਿਆਲੇ ਬੱਸ ਅੱਡੇ ਦੇ ਵਿੱਚ। ਸੋ ਕੱਲ੍ਹ ਨੂੰ ਦੋ ਕੁਛ ਖਬਰੀਆਂ ਨੇ, ਫਿਰ ਡਿਸਕਸ ਕਰਾਂਗੇ ਅਤੇ ਅਗਲਾ ਟੂਰ ਆਪਣਾ ਕੰਟੀਨਿਊ ਰਹੂਗਾ। ਸੋ ਬਣੇ ਰਹੋ ਇਸ ਤਰ੍ਹਾਂ,
ਤਦ ਤੱਕ ਮਿਲਦੇ ਹਾਂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।